ਚੈਨਲ ਪੰਜਾਬੀ ਵੇਖ ਰਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਖਬਰ ਆ ਰਹੀ ਆ ਅਲਬਰਟਾ ਦੇ ਜੀ ਕੈਮਰੋਜ਼ ਟਾਊਨ ਤੋਂ ਵੀ ਉੱਥੇ ਇੱਕ ਹੈਲੀਕਾਪਟਰ ਕ੍ਰੈਸ਼ ਹੋਇਆ ਜਿਹਦੇ ਵਿੱਚ ਚਾਰ ਵਿਅਕਤੀ ਸਵਾਰ ਸੀਗੇ ਔਰ ਉਹ ਹੈਲੀਕਾਪਟਰ ਕ੍ਰੈਸ਼ ਹੋਇਆ ਤੇ ਆਰਸੀਐਮਪੀ ਆਫੀਸਰ ਕਿਲਮ ਫੋਰੈਸਟਬਰਗ ਅਟੈਚਮੈਂਟ ਤੋਂ ਉਹਨਾਂ ਨੂੰ ਸੱਦਿਆ ਗਿਆ ਤੇ ਨਾਲ ਦੇ ਨਾਲ ਪੈਰਾਮੈਡਿਕਸ ਤੇ ਫਾਇਰਫਾਈਟਰਸ ਉੱਥੇ ਪਹੁੰਚੇ 10 ਵਿਅਕਤੀ ਜਿਹੜੇ ਫਟੜ ਹੋਏ ਸੀ ਉਹਨਾਂ ਨੂੰ ਤਾਂ ਐਂਬੂਲੈਂਸ ਰਾਹੀਂ ਉੱਥੇ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਤੇ ਚੌਥੇ ਨੂੰ 22 에어 ਜਿਹੜਾ ਹਸਪੀਟਲ ਚ ਪਹੁੰਚਾਇਆ ਗਿਆ ਪਰ ਨਾ ਤੇ ਟਰਾਂਸਪੋਰਟ ਵੱਲੋਂ ਟਰਾਂਸਪੋਰਟ ਸੇਫਟੀ ਬੋਰਡ ਵੱਲੋਂ ਦੱਸਿਆ ਜਾ ਰਿਹਾ ਜੀ ਵੀ ਉਹ ਜਿਹੜੇ ਬੰਦੇ ਸੀ ਉਹ ਹੈ ਕੌਣ ਚਾਰੇ ਜਿਹੜੇ ਸੀਗੇ ਤੇ ਨਾ ਹੀ RCMP ਵੱਲੋਂ ਇਹ ਗੱਲ ਦੱਸੀ ਗਈ ਵੀ ਉਹ ਚਾਰ ਵਿਅਕਤੀ ਸੀ ਕੌਣ ਪਰ ਅਸ ਵੇਲੇ ਉਹ ਜੇਰੇ ਇਲਾਜ ਆ ਜੀ ਤੇ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਕਹਿ ਰਿਹਾ ਵੀ ਅਸੀਂ ਇਨਫੋਰਮੇਸ਼ਨ ਇਕੱਠੀ ਕਰ ਰਹੇ ਆ ਆਂ ਔਰ ਅਸੈਸ ਕਰਾਂਗੇ ਵੀ ਇਹ ਕਹਾਣੀ ਵਾਪਰੀ ਕਿਵੇਂ ਆ ਕਿਵੇਂ ਜਾਨੀ ਕਿ ਇਹ ਐਕਸੀਡੈਂਟ ਹੋਇਆ ਚੈਨਲ ਪੰਜਾਬੀ ਲੀਕ ਕੁਲਮੀਤ ਸਿੰਘ ਸੰਘਾ ਐਡਮੰਟਨ ਚੈਨਲ ਪੰਜਾਬੀ ਵੇਖ ਰਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਖਬਰ ਆ ਰਹੀ ਆ ਅਲਬਰਟਾ ਦੇ ਜੀ ਕੈਮਰੋਜ਼ ਟਾਊਨ ਤੋਂ ਵੀ ਉੱਥੇ ਇੱਕ ਹੈਲੀਕਾਪਟਰ ਕ੍ਰੈਸ਼ ਹੋਇਆ ਜਿਹਦੇ ਵਿੱਚ ਚਾਰ ਵਿਅਕਤੀ ਸਵਾਰ ਸਿਗੇ ਔਰ ਉਹ ਹੈਲੀਕਾਪਟਰ ਕ੍ਰੈਸ਼ ਹੋਇਆ ਤੇ ਆਰਸੀਐਮਪੀ ਆਫੀਸਰ ਕੇਲਮ ਫੋਰੈਸਟਬਰਗ ਅਟੈਚਮੈਂਟ ਤੋਂ ਉਹਨਾਂ ਨੂੰ ਸੱਦਿਆ ਗਿਆ ਤੇ ਨਾਲ ਦੇ ਨਾਲ ਪੈਰਾਮੈਡਿਕਸ ਤੇ ਫਾਇਰ ਫਾਈਟਰਜ਼ ਉੱਥੇ ਪਹੁੰਚੇ ਤਿੰਨ ਵਿਅਕਤੀ ਜਿਹੜੇ ਫਟੜ ਹੋਏ ਸੀ ਉਹਨਾਂ ਨੂੰ ਤਾਂ ਐਂਬੂਲੈਂਸ ਰਾਹੀਂ ਉੱਥੇ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਤੇ ਚੌਥੇ ਨੂੰ ਬਾਈ 에ਅਰ ਜਿਹੜਾ ਹਸਪੀਟਲ ਚ ਪਹੁੰਚਾਇਆ ਗਿਆ ਪਰ ਨਾਂ ਤੇ ਟਰਾਂਸਪੋਰਟ ਵੱਲੋਂ ਟਰਾਂਸਪੋਰਟ ਸੇਫਟੀ ਬੋਰਡ ਵੱਲੋਂ ਦੱਸਿਆ ਜਾ ਰਿਹਾ ਜੀ ਵੀ ਉਹ ਜਿਹੜੇ ਬੰਦੇ ਸੀ ਉਹ ਹੈ ਕੌਣ ਚਾਰੇ ਜਿਹੜੇ ਸੀਗੇ ਤੇ ਨਾ ਹੀ ਆਰਸੀਐਮਪੀ ਵੱਲੋਂ ਇਹ ਗੱਲ ਦੱਸੀ ਗਈ ਵੀ ਉਹ ਚਾਰ ਵਿਅਕਤੀ ਸੀ ਕੌਣ ਪਰ ਐਸ ਵੇਲੇ ਉਹ ਜੇਰੇ ਇਲਾਜ ਹੈ ਜੀ ਤੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਕਹਿ ਰਿਹਾ ਵੀ ਅਸੀਂ ਇਨਫੋਰਮੇਸ਼ਨ ਇਕੱਠੀ ਕਰ ਰਹੇ ਹਾਂ ਔਰ ਅਸੈਸ ਕਰਾਂਗੇ ਵੀ ਇਹ ਕਹਾਣੀ ਵਾਪਰੀ ਕਿਵੇਂ ਆ ਕਿਵੇਂ ਜਾਨੀ ਕਿ ਇਹ ਐਕਸੀਡੈਂਟ ਹੋਇਆ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮੰਟਨ ਚੈਨਲ ਪੰਜਾਬੀ ਵੇਖ ਰਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਇੱਕ ਖਬਰ ਆ ਰਹੀ ਆ ਅਲਬਰਟਾ ਦੇ ਜੀ ਕੈਮਰੋਜ਼ ਟਾਊਨ ਤੋਂ ਵੀ ਉੱਥੇ ਇੱਕ ਹੈਲੀਕਾਪਟਰ ਕ੍ਰੈਸ਼ ਹੋਇਆ ਜਿਹਦੇ ਵਿੱਚ ਚਾਰ ਵਿਅਕਤੀ ਸਵਾਰ ਸਿਗੇ ਔਰ ਉਹ ਹੈਲੀਕਾਪਟਰ ਕ੍ਰੈਸ਼ ਹੋਇਆ ਤੇ ਆਰਸੀਐਮਪੀ ਆਫੀਸਰ ਕੇਲਮ ਫੋਰੈਸਟਬਰਗ ਅਟੈਚਮੈਂਟ ਤੋਂ ਉਹਨਾਂ ਨੂੰ ਸਦਿਆ ਗਿਆ ਤੇ ਨਾਲ ਦੇ ਨਾਲ ਪੈਰਾਮੈਡਿਕਸ ਤੇ ਫਾਇਰਫਾਈਟਰਸ ਉੱਥੇ ਪਹੁੰਚੇ ਤਿੰਨ ਵਿਅਕਤੀ ਜਿਹੜੇ ਫਟੜ ਹੋਏ ਸੀ ਉਹਨਾਂ ਨੂੰ ਤਾਂ ਐਂਬੂਲੈਂਸ ਰਾਹੀਂ ਉੱਥੇ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਤੇ ਚੌਥੇ ਨੂੰ ਬਾਈ 에ਅਰ ਜਿਹੜਾ ਹਸਪੀਟਲ ਚ ਪਹੁੰਚਾਇਆ ਗਿਆ ਪਰ ਨਾਂ ਤੇ ਟਰਾਂਸਪੋਰਟ ਵੱਲੋਂ ਟਰਾਂਸਪੋਰਟ ਸੇਫਟੀ ਬੋਰਡ ਵੱਲੋਂ ਦੱਸਿਆ ਜਾ ਰਿਹਾ ਜੀ ਵੀ ਉਹ ਜਿਹੜੇ ਬੰਦੇ ਸੀ ਉਹ ਹੈ ਕੌਣ ਚਾਰੇ ਜਿਹੜੇ ਸੀਗੇ ਤੇ ਨਾ ਹੀ ਆਰਸੀਐਮਪੀ ਵੱਲੋਂ ਇਹ ਗੱਲ ਦੱਸੀ ਗਈ ਵੀ ਉਹ ਚਾਰ ਵਿਅਕਤੀ ਸੀ ਕੌਣ ਪਰ ਐਸ ਵੇਲੇ ਉਹ ਜੇਰੇ ਇਲਾਜ ਹੈ ਜੀ ਤੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਕਹਿ ਰਿਹਾ ਵੀ ਅਸੀਂ ਇਨਫੋਰਮੇਸ਼ਨ ਇਕੱਠੀ ਕਰ ਰਹੇ ਹਾਂ ਔਰ ਅਸੈਸ ਕਰਾਂਗੇ ਵੀ ਇਹ ਕਹਾਣੀ ਵਾਪਰੀ ਕਿਵੇਂ ਆ ਕਿਵੇਂ ਜਾਨੀ ਕਿ ਇਹ ਐਕਸੀਡੈਂਟ ਹੋਇਆ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ